ਦਾਲਾਂ ਵੀ ਸਰਕਾਰ ਕਹਿੰਦੀ ਵੀ ਕੋਈ ਟੈਨਸ਼ਨ ਨਹੀਂ ਲੈਣੀ ਐਂ ਦੁਕਾਨਾਂ ਤੇ ਪਹੁੰਚ ਦੇ ਕਰ ਦਿਆਂਗੇ ਠੇਕੇ ਤੱਕ ਪਹੁੰਚ ਉਹਨਾਂ ਨੇ ਤਾਂ ਪੈਸਾ ਕਮਾਉਣਾ ਕਿਹੜੀ ਅਛਾ ਵਿਰੋਧੀ ਧਿਰ ਚ ਹੁੰਦੇ ਆ ਇਹ ਕਹਿਣਗੇ ਕਿ ਇਹ ਠੇਕੇ ਵਧਾਰ ਆਏ ਨੇ ਇਹ ਠੇਕਿਆਂ ਦੀ ਗਿਣਤੀ ਘਟਾਉਂਦੇ ਕਿਉਂ ਨਹੀਂ ਜਦੋਂ ਆ ਪਾਵਰ ਚ ਆਉਣਗੇ ਪੈਸਾ ਕਮਾਉਣਾ ਹਜ਼ੂਰ ਇੰਡੀਆ ਦੇ ਸਟੇਟ ਜਿਹੜੇ ਆ ਨਾ ਉਹਨਾਂ ਦਾ ਮਾਲੀਆ ਚੱਲਦਾ ਹੀ ਇਹਨਾਂ ਦੇ ਸਿਰ ਤੇ ਆ ਸ਼ਰਾਬ ਦੀਆਂ ਬੋਤਲਾਂ ਦੇ ਸਿਰ ਤੇ ਜੀ ਯੂਪੀ ਚੱਕ ਕੇ ਦੇਖ ਲੋ ਆ ਜੀ ਯੂਪੀ 30000 ਕਰੋੜ ਕਮਾ ਰਿਆ ਤਾਂ ਮੈਂ ਲਾਡੂ ਚੱਕ ਕੇ ਦੇਖ ਲੋ ਜੀ 20000 ਕਰੋੜ ਕਮਾ ਰਿਆ ਜੀ ਕੋਈ 10000 ਕਰੋੜ ਵੈਸੇ ਮੈਂ ਉਦਾਂ ਅੰਦਾਜ਼ੇ ਨਾਲ ਕਹਿ ਰਿਹਾ ਐ ਐਗਜ਼ੈਕਟ ਮੇਰੇ ਫਿਗਰ ਨਹੀਂ ਆ ਗਏ ਮਤਲਬ ਕਿ ਇਸ ਤਰ੍ਹਾਂ ਮਾਲੀ ਆ ਰਿਹਾ ਕਿਸੇ ਦਾ 40000 ਕਰੋੜ ਕਿਸੇ ਦਾ 30000 ਕਰੋੜ ਤਾਂ ਪਰ ਉਹ ਕਿਉਂ ਘਟਾਉਣਗੇ ਹੁਣ ਚੀਮਾ ਸਾਹਿਬ ਨੇ ਆਖਿਆ ਵੀ ਅਸੀਂ ਦਾਏ ਦੀ ਧੀ ਚੱਲੀ ਤੇ ਮੈਂ ਕਹ ਰਾਂ ਕੱਲੀ ਕਿ ਅਸੀਂ ਵੀ ਥੋੜਾ ਵਧ ਕਰੀਏ ਇਹਨਾਂ ਨੇ ਚੱਕ ਕੇ ਕਹਿ ਦਿੱਤਾ ਕਿ 70 ਦੁਕਾਨਾਂ ਖੋਲਾਂਗੇ ਸ਼ਰਾਬ ਦੀਆਂ ਠੇਕੇ ਤਾਂ ਹੈਗੇ ਹੈਗੇ ਆ ਬਈ ਦੁਕਾਨਾਂ ਖੋਲਾਂਗੇ ਚੰਡੀਗੜ੍ਹ ਵਾਲਾ ਉਹ ਹੀ ਤੁਸੀਂ ਦੇਖਿਆ ਹੋਣਾ ਚੰਡੀਗੜ੍ਹ ਦੇ ਵਿੱਚ ਦੁਕਾਨਾਂ ਨੇ ਦੁਕਾਨਾਂ ਕਾਦੀਆਂ ਉਹ بڑے ਸ਼ੋਰੂਮ ਵਧੀਆ ਹੁੰਦੇ ਨੇ ਜਿੱਥੇ ਉਹ ਡਿਸਪਲੇ ਦੇ ਵਿੱਚ ਬੋਤਲਾਂ ਪਈਆਂ ਤੁਸੀਂ ਜਾਓ ਆਪ ਹੀ ਚੱਕੋ ਤੇ ਆਪਣੇ ਪੈਸੇ ਘਟਾਓ ਉਸੇ ਤਰ੍ਹਾਂ ਕਰਨਗੇ ਪੰਜਾਬ ਦੇ ਵਿੱਚ ਕਿ ਤੁਸੀਂ ਆਪਣਾ ਮਨਪਸੰਦ ਦਾ ਬ੍ਰਾਂਡ ਚੱਕੋ ਆਪਣੇ ਪੈਸੇ ਜਿਹੜੇ ਕਰਾਓ ਤੇ ਇਹ ਤਾਂ ਚੰਡੀਗੜ੍ਹ ਤੋਂ ਵੀ ਅੱਗੇ ਵਧ ਰਿਹਾ ਹੈ ਕਿ ਜੇ ਕੋਈ ਮਾਲ ਜ਼ਿਆਦਾ ਖਰੀਦ ਲਏਗਾ ਉਹ ਝੋਲਾ ਚੁੱਕ ਕੇ ਇੱਕ ਬੰਦਾ ਉਹਦੀ ਗੱਡੀ 'ਚ ਵੀ ਸੁੱਟ ਕੇ ਆਏਗਾ ਦੇਖੋ ਅੱਛਾ ਜੀ ਹਾਂ ਜੀ ਪਰ ਲਿਕਰ ਪਾਲਸੀ ਜਿਹੜੀ ਇਹਨਾਂ ਨੇ ਚੇਂਜ ਕਰ ਦਿੱਤੀ ਹੈ ਇਹ ਕਹਿੰਦੇ ਸਾਨੂੰ ਲਿਕਰ ਪਾਲਸੀ ਬੜੀ ਕ੍ਰਾਂਤੀਕਾਰੀ ਹੈ ਬਦਲੀ ਘਾਤ ਉਹਨੇ ਹੁਣ ਕੀ ਗੱਲ ਹੋ ਗਈ ਫਿਰ ਹੁਣੇ ਕੀ ਸੀ ਈਡੀ ਆਈ ਈਡੀ ਆਈ ਰਹੇ ਨਾ ਉੜੀ ਮੇਰੀ ਉੜੀ ਰਹੇ ਪਤੰਗ ਉੜੀ ਉੜੀ ਰਹੇ ਕਹਿੰਦੇ ਈਡੀ ਆਈ ਰਹੇ ਈਡੀ ਆਈ ਰਹੇ ਤਾਂ ਬਦਲ ਨਹੀਂ ਸੀ ਦਿੱਲੀ ਵਾਲੀ ਵੀ ਬਦਲ ਦਿੱਤੀ ਨੇ ਅੱਜ ਆ ਕਹਿੰਦੇ ਜੀ ਕਿ 6 ਮਹੀਨੇ ਆ ਚੱਲੇਗੇ ਉਸ ਤੋਂ ਬਾਅਦ ਅਸੀਂ ਨਵੀਂ ਲਿਆਵਾਂਗੇ ਹੁਕਮ ਦੇ ਦਿੱਤੇ ਆ ਕਿ ਨਵੀਂ ਬਣਾਓ ਜੀ 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 ਅੱਜ ਮੈਂ ਦੇਖ ਰਿਹਾ ਸੀ ਮਿੰਟੂ ਜੀ ਇੱਕ ਪੱਤਰਕਾਰ ਨੇ ਫੋਟੋ ਪਾਈ ਹੋਈ ਸੀ ਦਿੱਲੀ ਦੀ ਉਹ ਕਹਿੰਦਾ ਕਿ ਆ ਦੇਖੋ ਰੇੜੀ ਦੇ ਉੱਤੇ ਪਈ ਹੈ ਸ਼ਰਾਬ ਮਤਲਬ ਬੀਅਰ ਦੀਆਂ ਬੋਤਲਾਂ ਰੱਖੀਆਂ ਪਤਾ ਨਹੀਂ ਕੀ ਨਹੀਂ ਕਾਲਜ ਦੀਆਂ ਕੰਟੇਨਰਾਂ ਤੇ ਵੀ ਰੱਖਦੇ ਹੋ ਅੱਛਾ ਇਹ ਵੀ ਗੱਲ ਸੀ ਬੀਅਰ ਆ ਰੱਖਦੇ ਹੋ ਉੱਥੇ ਆਮਦ ਜਦੋਂ ਰੌਲਾ ਹੀ ਤੁਹਾਡਾ ਆਮਦੰਦ ਆ ਜੀ ਅੱਛਾ ਜੇ ਉਹ ਦੂਜੇ ਵਿਚਾਰੇ ਉਹ ਕਹਿੰਦੇ ਨੇਚਰਲੀ ਨਸ਼ਿਆਂ ਵਾਲੇ ਕਿ ਸਾਨੂੰ ਵਈ ਫੀਮ ਫੂਮ ਯਾਰ ਦੇ ਦਿਓ ਥੋੜੀ ਬਹੁਤੀ ਜੀ ਉਥੇ ਮਰਗੇ ਮਰਗੇ ਕਰਦੇ ਨੇ ਜੀ ਉਹ ਡੋਡੇ ਵਾਲੇ ਕਹਿੰਦੇ ਡੋਡੇ ਪਿੱਛੇ ਲੈਣਦੇ ਯਾਰ ਕਹਿੰਦੇ ਨਹੀਂ 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 ਨਸ਼ਾ 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 ਜੀ ਤੇ ਸ਼ਰਾਬ ਨਾਲੋਂ ਕੋ ਪਤਾ ਨਸ਼ਾ ਉਹ ਕਿਹੜਾ ਇਹ ਮੰਨਦੇ ਹੀ ਨਹੀਂ ਜੀ 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 ਜੇ ਮੰਨਦੇ ਵੀ ਆ ਕਹਿੰਦੇ ਕਿ ਨਹੀਂ ਇਹਦੇ ਬਗਲ ਸਰਦਾ ਨਹੀਂ ਜੀ 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 ਪੈਸਾ ਦਿੰਦੀ ਹੈ ਇਹ ਜੀ 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 ਇਸ ਤਰ੍ਹਾਂ ਹੀ ਆ ਭਾਈ ਇਹ ਬਿਜ਼ਨਸ ਬਣ ਗਿਆ ਜੀ ਤਾਂ ਹੁਣ ਕੰਮ ਵਧੇ ਗਏ ਇਹਨਾਂ ਦਾ ਕਟੇਗਾ ਨਹੀਂ ਬਿਲਕੁਲ ਬਿਲਕੁਲ